हल्का निहाल सिंह वाला दे तीन सर्कल है ते पहली मीटिंग असी निहाल सिंह सर्कल की पहला कर चुके हैं उस तो बाद बदरी सर्कल की की ते आज अजीतवाल सर्कल की मीटिंग जी बड़ी बड़ी भारी गिनती में सारे अज साडे वर्कर सरपंच सरपंच पंच ब्लॉक समिति चेयरमैन सारे हाजिर हुए हैं और एजेंडा साडा अज का जिहड़ा सीगा कि असी किसी भी वर्कर नाल कोई बदीकी नहीं होण देनी जे किते भी किसी वर्कर नाल बदीकी हुंदी है तो दसे जावे उहदे खिलाफ सारे ही डट के असी समुचा अकाली दल मैं और समुचा अकाली दल जिहड़ा हैगा वो सारे वर्कर दे नाल हैगा असी ना धक्का कीता ते ना धक्का बर्दाश्त करना। दूजा असी जिहड़ा अज कहा हैगा कि जो कांग्रेस सरकार ने कैप्टन साहब ने जिन्ने भी वादे किए आ चाहे वह किसानों नाल सी चाहे वह नौजवानों नू नौकरी देंदे सी चाहे वह गरीबों के वास्ते होर सहूलत देने की गल की सी समार्टफोन देने से नौजवानों नू वो सारे जिहड़े हैगे आ वो वादे पूरे करन। मैनू इस गल दी इस गल दा बहुत दुख है कि साडे हल्के दे विच पिंड रणसी खुरद रणसी कलां धुरकोट ते नाल अपने पिंड दो साडे जिहड़े हैगे आ किसान वीरां ने आत्महत्या की आ मन बड़ा दुखी हुंदा हैगा बड़ा सानू दुख है इस गल दा हैगा कि इस तरीके नाल कोई जावे तो बड़ा मन नूं ठेस पहुँचती हैगी आ। असीं तां इहो बेनती करदे हां कि जो किसानां नाल वादे कीते सीगे उन्हां दा कर्जा सारे दा सारा जिहड़ा हैगा सरकार जल्दी तों जल्दी माफ़ करे अज सारिआं वल्लों ਇਹ ਵੀ ਮੰਗ ਜਿਹੜੀ ਹੈਗੀ ਆ ਕੀਤੀ ਗਈ ਹੈ। ਸੇਵਾਦਾਰ ਹਲਕਾ ਇੰਚਾਰਜ ਸ਼੍ਰੀ ਐੱਸ ਆਰ ਕਲੇਰ ਦੀ ਅਗਵਾਈ ਹੇਠ ਸਰਕਲ ਜਿੱਤਵਾਲ ਦੀ ਸਰਕਲ ਦੇ ਵਰਕਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੀਟਿੰਗ ਕੀਤੀ ਗਈ। ਇਹਦੇ ਵਿੱਚ ਇਲੈਕਸ਼ਨ ਤੋਂ ਬਾਅਦ ਸਾਡੀ ਇਹ ਪਹਿਲੀ ਮੀਟਿੰਗ ਸੀ ਸਰਕਲ ਦੀ। ਇਹਦੇ ਵਿੱਚ ਸਾਰੇ ਵਰਕਰਾਂ ਨਾਲ ਤਾਲਮੇਲ ਬਣਾਇਆ ਗਿਆ ਅਤੇ ਜੋ ਪੰਜਾਂ ਮਹੀਨਿਆਂ ਦੀ ਇਹ ਕਾਂਗਰਸ ਸਰਕਾਰ ਸੀ ਇਹਦਾ ਇਹਦੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ। ਇਹਦੇ 'ਚ ਵਿਸ਼ੇਸ਼ ਮੁੱਦਾ ਰਿਹਾ ਵੀ ਇਹ ਪੰਜ ਮਹੀਨੇ ਦੀ ਸਰਕਾਰ ਦੇ ਵਿੱਚ 180 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਜੇ ਗਰੀਬ ਜਨਤਾ ਦੀ ਗੱਲ ਕਰੀਏ ਤਾਂ ਜਿੰਨੀਆਂ ਵੀ ਸਹੂਲਤਾਂ ਚੱਲ ਰਹੀਆਂ ਉਹ ਕਾਂਗਰਸ ਸਰਕਾਰ ਇਹਨਾਂ ਨੂੰ ਬੰਦ ਕਰਨ ਦੀ ਨੀਅਤ ਨਾਲ ਇਹਨਾਂ ਨੂੰ ਵੈਰੀਫਿਕੇਸ਼ਨ 'ਤੇ ਲੱਗੀ ਹੋਈ ਹੈ ਅਤੇ ਜੋ ਬੀ ਸੀ ਵਿੰਗ ਦੀਆਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬੀ ਸੀ ਵਿੰਗ ਨੂੰ 200 ਯੂਨਿਟ ਮਾਫ਼ ਕੀਤੀ ਸੀ ਉਹ ਇਹਨਾਂ ਨੇ ਸਰਕਾਰ ਦੀ ਸਤਾ ਸੰਭਾਲਦੇ ਹੀ ਉਹ ਕੈਂਸਲ ਕਰ ਦਿੱਤੀ ਹੈ ਅਤੇ ਮੈਨੂੰ ਲੱਗਦਾ ਜਿਹੜੀਆਂ ਐੱਸ ਸੀ ਵਿੰਗ ਨੂੰ ਹੋਰ ਵੀ ਸਹੂਲਤਾਂ ਮਿਲ ਰਹੀਆਂ ਇਹ ਸਰਕਾਰ ਦੀ ਨੀਅਤ ਹੈ ਵੀ ਇਹ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਨੂੰ ਖਤਮ ਕੀਤਾ ਜਾਵੇ। ਸੋ ਇਹ ਜਿਹੜੀ ਕਾਂਗਰਸ ਸਰਕਾਰ ਹੈ ਇਹ ਪਹਿਲਾਂ ਤੋਂ ਹੀ ਇਹਦੀ ਫਿਤਰਤ ਹੈ ਵੀ ਪੰਜਾਬ ਦੇ ਲੋਕਾਂ ਨੂੰ ਕੁੱਟਣਾ ਅਤੇ ਲੁੱਟਣਾ। ਅਸੀਂ ਇਹਨਾਂ ਸਰਕਾਰ ਤੋਂ ਮੀਟਿੰਗ ਕਰਕੇ ਇਹ ਮੰਗ ਕੀਤੀ ਹੈ ਵੀ ਜਿਹੜੇ ਇਹਨਾਂ ਨੇ ਕਿਸਾਨਾਂ ਨੂੰ ਲਾਰਾ ਲਾਇਆ ਵਾ ਕਿਸਾਨ ਕਰਜ਼ਾ ਮਾਫ਼ੀ ਦਾ ਅਸੀਂ ਮੰਗ ਕਰਦੇ ਹਾਂ ਵੀ ਇਹ ਜਿਹੜਾ ਕਰਜ਼ਾ ਮਾਫ਼ ਹੈ ਛੇਤੀ ਤੋਂ ਛੇਤੀ ਇਹ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਜਿਹੜੀਆਂ ਗਰੀਬਾਂ ਨੂੰ ਐੱਸ ਸੀ ਵਿੰਗ ਨੂੰ ਜੋ ਸਹੂਲਤਾਂ ਚੱਲ ਰਹੀਆਂ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ।